ਮੈਨੂੰ ਤਾਂ ਵੇਖਦਾ ਹੀ ਨਹੀਂ ਸਹੀ ਤਰ੍ਹਾਂ। ਮੈਟੋ ਐਲ ਓਏ ਓਏ, ਕੁਛ ਨਹੀਂ ਹੋਇਆ, ਕੁਛ ਨਹੀਂ ਹੋਇਆ, ਸਬਰ ਕਰ ਸਬਰ ਕਰ। ਮੈਂ ਮਿੱਟੂ। ਅਸਲਾਮ ਵਾਲੇਕਮ ਦੋਸਤੋ, ਕੀ ਹਾਲ ਚਾਲ, ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ। ਮੈਂ ਤੁਹਾਨੂੰ ਅੱਗੇ ਇੱਕ ਦਿਨ ਦੱਸਿਆ ਸੀ ਨਾ ਕਿ ਤੋਤਾ ਕੀ ਕੰਮ ਕਰਦਾ, ਦੇਖੋ ਆਹ ਗੱਲ ਮੈਂ ਸਮਝਾਉਣ ਦਿਆ ਸੀਗਾ ਕਿ ਖਾਂਦਾ ਪੀਂਦਾ ਨਹੀਂ ਗਾ ਕੁਛ, ਚੱਬਦਾ ਵਾ, ਰੋਟੀ ਪਾਓ ਕੋਈ ਸ਼ੈ ਪਾਓ, ਉਹਦਾ ਤਾਂ ਟੁੱਟ ਟੁੱਟ ਦਾਣੇ ਦਾਣੇ ਕਰਕੇ ਨਾ ਥੱਲੇ ਸੁੱਟ ਦਿੰਦਾ। ਸੁਬਹਾ ਸੁਬਹਾ ਦਾ ਟਾਈਮ ਹੋ ਗਿਆ ਵਾ, ਅੰਦਰ ਰੱਖੇ ਸੀਗੇ, ਰਾਤ ਨੂੰ ਅੰਦਰ ਰੱਖ ਲੈਂਦਾ ਨਾ ਚੁੱਕ ਕੇ, ਬਿੱਲੀ ਤੋਂ ਡਰਦਾ, ਇਹਨੂੰ ਚੁੱਕ ਕੇ ਹੁਣ ਬਾਹਰ ਕੱਢਾਂ। ਮੀਆਂ ਮਿੱਟੂ ਬਾਹਰ ਜਾਣਾ ਜੀ, ਕੇਲਾ ਪਾਇਆ ਸੁਬਹਾ ਸੁਬਹਾ, ਰੋਟੀ ਪਾਈ ਆ ਅਤੇ ਖਾਣ ਦਿਆ ਸੀਗਾ, ਹੁਣ ਇਹਦੀ ਬਾਕੀ ਜਿਹੜੀ ਗਜ਼ਾ ਵਾ ਉਹ ਜਾ ਕੇ ਇਹਨੂੰ ਬਾਹਰ ਜਾ ਕੇ ਪਾਉਂਦਾ। ਮੀਆਂ ਮਿੱਟੂ ਓਏ, ਸੁਬਹਾ ਸੁਬਹਾ ਪਤਾ ਨਹੀਂ ਕੀ ਬੋਲਣ ਦਿਆ ਸੀਗਾ। ਮੀਆਂ ਮਿੱਟੂ ਇਹਨੂੰ ਹੁਣ ਬੋਲਣਾ ਸਿਖਾਉਣਾ ਵਾ, ਉਹ ਨਹੀਂ ਮੈਨੂੰ ਪਤਾ ਹੈ, ਹੁਣ ਕੋਈ ਟਟੋਰੀਅਲ ਹੀ ਦੇਖਾਂਗਾ ਯੂਟਿਊਬ ਤੋਂ, ਅਗਰ ਤੋਤਿਆਂ ਨੂੰ ਬੋਲਣਾ ਕਿੱਦਾਂ ਸਿਖਾਈਦਾ, ਇਹਨਾਂ ਨੂੰ ਟ੍ਰੇਨ ਕਿੱਦਾਂ ਕਰੀਦਾ। ਆਹ ਜਿਹੜੀਆਂ ਚਿੜੀਆਂ ਨੇ ਇਹ ਤਾਂ ਅੱਲਾ ਦੀਆਂ ਬੰਦੀਆਂ ਨੇ, ਕਹਿੰਦੇ ਨਹੀਂ ਅੱਲਾ ਲੋਕ ਜਾਨਵਰ ਵੀ ਜਿਹੜੇ ਹੁੰਦੇ ਨੇ ਇਹ ਤਾਂ ਉਹ ਨੇ, ਨਾ ਤੰਗ ਕਰਦੀਆਂ ਨਾ ਕੁਛ ਹੋਰ, ਬਸ ਮੈਨੂੰ ਉਹ ਪੀਲੀ ਦਾ ਡਰ ਵਾ, ਉਹਨੂੰ ਨਾ ਕੁਛ ਹੋ ਜਾਵੇ, ਉਹ ਅੰਦਰੋਂ ਹੀ ਨਹੀਂ ਨਿਕਲਦੀ। ਬਲਕਿ ਜਦੋਂ ਮੈਂ ਇਹਨਾਂ ਨੂੰ ਦੇਖਦਾ ਵਾ ਜਾਂ ਚੁੱਕਦਾ ਵਾ ਨਾ ਆ ਕੇ, ਸੁਬਹਾ ਸੁਬਹਾ ਜਦੋਂ ਦੇਖ ਲੈਂਦਾ ਉਦੋਂ ਅੰਦਰ ਚੱਲ ਜਾਂਦੀ ਆ, ਜਦੋਂ ਮੈਂ ਉਹਰੇ ਪਰੇ ਹੁੰਦਾ ਵਾ ਉਦੋਂ ਬਾਹਰ ਆ ਜਾਂਦੀ ਆ, ਖੇਲਦੀ ਆ, ਮੇਰੇ ਹੁੰਦੇ ਅੰਦਰ ਜਾਂਦੀ ਆ। ਸੁਬਹਾ ਸੁਬਹਾ ਬਾਹਰ ਸੀਗੀ, ਉਹ ਦੇਖੋ ਫਿਰ ਅੰਦਰ ਜਾ ਕੇ ਬਹਿ ਗਈ। ਹੁਣ ਮੈਂ ਜਾਣਾ ਵਾ, ਅੱਜ ਇਹਨਾਂ ਵਾਸਤੇ ਨਾ ਲਾਜ਼ਮੀ ਤੂੜੀ ਲੈ ਕੇ ਆਉਂਦਾ, ਉਹਨੂੰ ਉਹਦੇ ਵਿੱਚ ਤੂੜੀ ਪਾਉਂਦਾ ਥੋੜ੍ਹੀ ਜਿਹੀ, ਅਤੇ ਬਲਕਿ ਐਸ ਦੀਵਾਰ 'ਤੇ ਲਾਵਾਂਗੇ, ਉਸ ਦੀਵਾਰ 'ਤੇ ਨਹੀਂ, ਐਸ ਦੀਵਾਰ 'ਤੇ ਲਾਉਂਦਾ ਵਾ, ਅਤੇ ਦੋਵੇਂ ਪਿੰਜਰੇ 'ਤੇ ਸਾਹਮਣੇ ਲਾਉਂਦਾ। ਮਿੱਠੂ ਭਾਅ ਜੀ ਆਪਣਾ ਫੁੱਲ ਸ਼ਕੀਨੀ ਆ, ਇਹ ਬਰਤਨ ਇਹਦੇ ਧੋਤੇ ਨਾ ਹੋਣ ਅਤੇ ਅਗਲਾ ਭਾਈ ਸ਼ੈ ਨਹੀਂ ਖਾਂਦਾ ਉਹਨਾਂ 'ਚ ਚੁੱਕ ਕੇ, ਬਰਤਨ ਹੁਣ ਇਹਨਾਂ ਦੇ ਧੋਂਦਾ ਵਾ, ਪਾਣੀ ਚੇਂਜ ਕਰਦਾ ਵਾ, ਇਹਨਾਂ ਦਾ ਆ ਨਹੀਂ ਮੇਰੇ ਕੋਲ ਅਜੇ ਤੱਕ ਖੁੱਲਿਆ। ਉਹ ਹੁਣ ਜਦੋਂ ਮੈਂ ਜਾਣਾ ਨਾ ਉਹ ਲੈਣ ਤੂੜੀ ਲੈ ਕੇ ਆਉਂਦਾ ਹੈ ਨਾ, ਇਹਨਾਂ ਦਾ ਕੋਈ ਹਿਸਾਬ ਲਾਉਂਦਾ ਵਾ, ਬਰਤਨ ਇਹਨਾਂ ਦੇ ਸਾਰੇ ਧੋ ਕੇ ਨਾ ਉਨੀ ਦੇਰ ਆਪਣਾ ਇਹਨਾਂ ਨੂੰ ਰੋਟੀ ਛੋਟੀ ਇਹਨਾਂ ਦੀ ਜਿਹੜੀ ਖੁਰਾਕ ਨਾ ਇਹਨਾਂ ਦੀ ਉਹ ਇਹਨਾਂ ਨੂੰ ਪਾ ਜਾਵਾਂ। ਹੁਣ ਖੁੱਲ੍ਹਣਾ ਔਖਾ ਇੱਕ ਹੱਥ ਨਾ, ਚੱਲ ਬਈ ਉਹ ਖੁੱਲ੍ਹ ਗਈ, ਉਹ ਕੁਛ ਨਹੀਂ ਹੋਇਆ, ਕੁਛ ਨਹੀਂ ਹੋਇਆ, ਕੇਲਾ ਹੁਣ ਪਾਇਆ ਇਹਨੂੰ ਵਿੱਚ ਰਹਿਣ ਦਿੰਦੇ ਹਾਂ ਖਾ ਲਏਗਾ, ਆਹ ਬਾਕੀ ਸਫਾਈ ਕਰ ਦਿੰਦੇ ਹਾਂ ਸਾਰੀ। ਮਿੱਠੂ ਓਏ, ਮੀਆਂ ਮਿੱਟੂ ਡਰਦੇ ਕਿਉਂ ਹੋ, ਹੈ ਇਹ ਡਰਦਾ ਬੜਾ, ਇਹਨੂੰ ਪਤਾ ਨਹੀਂ ਕੀ ਗੱਲ ਆ, ਕਿਉਂ ਡਰਦਾ ਇੰਨਾ, ਹੈ ਕਿਉਂ ਡਰਦਾ। ਬੜੀ ਮੁਸ਼ਕਲ ਨਾਲ ਬਰਤਨ ਇਹਨਾਂ ਦੇ ਧੋਤੇ ਆ, ਮੇਰੇ ਕੋਲ ਨਾ ਪੂਚੀ ਨਹੀਂ ਸੀ ਆਇਆ, ਅਤੇ ਜਿਹੜਾ ਤੋਤੇ ਦਾ ਆ ਨਾ ਆਪਣਾ ਤੋਤੇ ਦੀ ਜਿਹੜੀ ਪਿਆਲੀ ਰੱਖੀ ਆ ਇਹਦੇ ਵਿੱਚ ਆ ਦੇਖੋ ਨਿਸ਼ਾਨ ਜੇ, ਇਹ ਉਤਰੋ ਨਹੀਂ ਦੇ, ਬੜੇ ਹਾਰਡ ਹੋਏ ਆ। ਅੱਜ ਇੱਕ ਆਉਂਦਾ ਕੂਚੀ ਵੀ ਲੈ ਕੇ ਆਵਾਂਗਾ, ਬਾਕੀ ਬਰਤਨ ਸਾਰੇ ਧੋਤੇ ਆ ਇਹਨਾਂ ਦੇ ਵਿੱਚ, ਹੁਣ ਇਹਨਾਂ ਦੀ ਜਿਹੜੀ ਹੈ ਵਾ ਪਹਿਲੇ ਤਾਂ ਤੋਤੇ ਦਾ ਪਾ ਲੈਂਦੇ ਨਾ ਸਮਾਨ, ਮਾਲੇ ਗਨੀਮਤ ਅਗਲੇ ਦਾ, ਮਟਰ ਵੀ ਕੱਢ ਕੇ ਪਾਉਂਦਾ, ਦੇਖ ਰਿਹਾ ਤੇਰਾ ਹੀ ਆ ਸਾਰਾ ਕੁਛ ਹੈ ਓਏ। ਮਿੱਟੂ ਨਹੀਂ ਭਾਈ ਵੇਖਦਾ, ਉਹਨੇ ਕਿਹਾ ਤੂੰ ਵੀਡੀਓ ਬਣਾਉਣੀ, ਮੇਰਾ ਤੇਰਾ ਰਿਸ਼ਤਾ ਹੀ ਕੋਈ ਨਹੀਂ, ਹੈ ਦੇਖਿਆ ਆ ਟੀਰੀ ਜੀ ਅੱਖ ਕਰਕੇ ਦੇਖਦਾ,
देख रहे हैं मियां मिठू चिड़िया ली बाजरा पाता वा ते मिठू ली मटर हरी मिर्च टमाटर ते अपना केला पाया केला अंदर वखरा रखा सी उहदे विच ही सुट लिया हुण मैं कहना इहनां नूं पानी ठंडा लिया के पा दिंदा वा ठंडा पानी पा के ते फिर इहनां दा समान चुक दे विच रखदा ਚਿੜੀਆਂ ਆਵਾਜ਼ਾਂ ਮਾਰਨੀਆਂ ਚੀ 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 ਕਰਨ ਨਹੀਂ ਆ ਹੈਲੋ ਲਓ ਜੀ ਬਿਸਮਿਲਾ ਪੜ੍ਹ ਕੇ ਅਤੇ ਖਾਓ ਬਿਸਮਿਲਾ ਪੜ੍ਹ ਕੇ ਖਾਣਾ ਬਿਸਮਿਲਾ ਹੈ ਮੈਂ ਬਿਸਮਿਲਾ ਪੜ੍ਹ ਕੇ ਰੱਖ ਦਿੰਦਾ ਬਿਸਮਿਲਾ ਰਹਿਮਾਨ ਰਹੀਮ ਚਿੜੀਓ ਹੈਲੋ ਚਲੋ ਬਿਸਮਿਲਾ ਪੜ੍ਹ ਕੇ ਪਾਣੀ ਪੀ ਲਿਓ ਇਹਨਾਂ ਦੀ ਉਹੜੀ ਪਿਆਲੀ ਨਾ ਵਿੱਚ ਹੁਣ ਆ ਇੱਥੋਂ ਮੇਰੇ ਕੋਲ ਖੁੱਲ੍ਹੇ ਨਾ ਅਤੇ ਉਹ ਪਿਆਲੀ ਕੱਢ ਕੇ ਚੰਗੀ ਤਰ੍ਹਾਂ ਉਹਨੂੰ ਸਾਫ਼ ਕਰਾਂ ਸਾਫ਼ ਕਰਕੇ ਉਹਦੇ ਵਿੱਚ ਥੋੜ੍ਹਾ ਜਿਹਾ ਪਾਣੀ ਜਾਂ ਦੁੱਧ ਪਾ ਕੇ ਅਤੇ ਫਿਰ ਬੰਦਾ ਵਿੱਚ ਨਾ ਰੋਟੀ ਦੀਆਂ ਬੁਰਕੀਆਂ ਭੋਰੇ ਕਰਕੇ ਪਾ ਦਿੰਦਾ ਰੋਟੀ ਦੀਆਂ ਬੁਰਕੀਆਂ ਮੈਂ ਦੇਖਿਆ ਖਾਣ ਦੀਆਂ ਸੀ ਵੈਸੇ ਆ ਕੇਲਾ ਇਹਨਾਂ ਨੂੰ ਪਾਇਆ ਸੀ ਨਹੀਂ ਸੀ ਖਾਧਾ ਇਹਨਾਂ ਨੇ ਖਰਬੂਜ਼ਾ ਨਹੀਂ ਖਾਧਾ ਅਮਰੂਦ ਪਾਇਆ ਸੀ ਉਹ ਵੀ ਨਹੀਂ ਖਾਧਾ ਇੱਦਾਂ ਦੀਆਂ ਛਾਵਾਂ ਨਹੀਂ ਆ ਖਾਂਦੀਆਂ ਮਿੱਠੂ ਓਏ ਓਏ ਮਿੱਠੂ ਆਲਾ ਪਾਣੀ ਆਇਆ ਮਿੱਠੂ ਭਾਈ ਨਰਾਜ਼ਗੀ ਦਾ ਫੁੱਲ ਇਜ਼ਹਾਰ ਕਰਦਾ ਵਾ ਮੈਨੂੰ ਤਾਂ ਵੇਖਦਾ ਹੀ ਨਹੀਂ ਸਹੀ ਤਰ੍ਹਾਂ ਮਿੱਠੂ ਐਲ ਓਏ ਓਏ ਕੁਛ ਨਹੀਂ ਹੋਇਆ ਕੁਛ ਨਹੀਂ ਹੋਇਆ ਸਬਰ ਕਰ ਸਬਰ ਕਰ ਮੀਆਂ ਮਿੱਠੂ ਮੀਆਂ ਮਿੱਠੂ ਅੱਖਾ ਨਹੀਂ ਇੱਦਾਂ ਨਹੀਂ ਭਾਈ ਆ ਲੋਆ ਫਿਰ ਵਿੱਚ ਰੱਖ ਦਿੰਦੇ ਹਾਂ ਆਪੇ ਹੀ ਖਾ ਲਏਗਾ ਇਹ 'ਚ ਹਰੀ ਮਿਰਚ ਟਮਾਟਰ ਮਟਰ ਅਤੇ ਕੇਲਾ ਓਏ ਚੋਰੀ ਟੀਰੀ ਆਖਣਾ ਵੇਖਦਾ ਬਸ ਟੀਰੀ ਨੇ ਵੇਖੀ ਮੀਆਂ ਮਿੱਠੂ ਮੀਆਂ ਮਿੱਠੂ ਇਹ ਬੋਲਦਾ ਨਹੀਂ ਸੁਬਹਾ ਸੁਬਹਾ ਆਪ ਹੀ ਕੁਛ ਨਾ ਕੁਛ ਬੋਲੀ ਜਾਂਦਾ ਵਾ ਮੈਂ ਸੁੱਤਾ ਹੁੰਦਾ ਆਵਾਜ਼ਾਂ ਮਾਰ ਰਿਹਾ ਹੁੰਦਾ ਇਹਦੇ ਲਾਗੇ ਮੰਜੀ ਕੀਤੀ ਹੁੰਦੀ ਨਾ ਚੁੱਕ ਕੇ ਦਰਮਿਆਨ 'ਚ ਬੈਠਕ 'ਚ ਅਤੇ ਲੱਗਾ ਹੁੰਦਾ ਉੱਚੀ ਉੱਚੀ ਅਤੇ ਆ ਖਿੜਕੀ ਥਾਣੀ ਝਾਤੀਆਂ ਮਾਰਦਾ ਗਵਾਂਢੀਆਂ ਨੂੰ ਅਤੇ ਆਵਾਜ਼ਾਂ ਵੀ ਫਿਰ ਇਹਨਾਂ ਨੂੰ ਹੀ ਮਾਰਦਾ ਹੋਏਗਾ ਮੈਨੂੰ ਤਾਂ ਲੱਗਦਾ ਗੱਲਾਂ ਬਾਤਾਂ ਇਹਨਾਂ ਨਾਲ ਕਰਨ ਦੀ ਕੋਸ਼ਿਸ਼ ਕਰਦਾ ਹੋਣਾ ਮੀਆਂ ਮਿੱਠੂ ਮੀਆਂ ਮਿੱਠੂ ਹੁਣ ਹੀ ਕੈਮਰਾ ਮੈਂ ਉੱਧਰ ਖੜਿਆ ਅਤੇ ਨਾਲ ਹੀ ਆ ਸਿੱਧਾ ਆਗ ਉੱਤੇ ਆ ਕੇ ਬਹਿ ਗਿਆ ਸੀਗਾ ਅਤੇ ਫਿਰ ਇੱਧਰ ਨੂੰ ਕੀਤਾ ਅਤੇ ਫਿਰ ਉਹ ਨੁਕਰੇ ਜਾ ਕੇ ਲੱਗ ਗਿਆ ਮਿੱਠੂ ਓਏ ਚੰਗਾ ਵੀ ਕੋਈ ਮਸਲਾ ਹੀ ਨਹੀਂ ਹੈ ਹੁਣ ਬਸ ਇਹਨਾਂ ਨੂੰ ਉਹ ਪਾ ਦਿੱਤਾ ਇਹਨਾਂ ਦੀ ਖਾਣਾ ਇਹਨਾਂ ਦਾ ਪਾ ਦਿੱਤਾ ਇਹਨਾਂ ਨੂੰ ਹੁਣ ਬਸ ਜਾ ਕੇ ਨਾ ਉਹ ਤੂੜੀ ਲਿਆਵਾਂਗੇ ਤੋਂ ਅਤੇ ਕਿੱਲ ਲੈ ਕੇ ਆਵਾਂ ਇੱਕ ਪਲਾਸ ਲਿਆਉਣਾ ਥੋੜ੍ਹੀ ਲਿਆਉਣੀ ਆ ਅਤੇ ਇਹਨਾਂ ਨੂੰ ਕਿੱਲ ਉੱਤੇ ਲਾ ਕੇ ਟੰਗਣਾ ਕੰਧ ਦੇ ਨਾਲ ਅਤੇ ਉਹਦੇ ਵਿੱਚ ਤੂੜੀ ਪਾਣੀ ਆ ਮੈਨੂੰ ਸ਼ੱਕ ਪੈਂਦਾ ਉਹਨਾਂ ਨੇ ਆਂਡੇ ਦੇਣੇ ਆ ਮਨ ਵੀ ਦੱਸਣ ਦੇ ਸੀਗੇ ਕਿ ਸਾਲ ਸਾਲ ਹੋ ਗਿਆ ਲੈ ਕੇ ਆਇਆ ਵਾ ਦੋ ਕੁ ਵਾਰੀ ਕਹਿੰਦਾ ਉਹਨਾਂ ਨੇ ਆਂਡੇ ਦਿੱਤੇ ਸੀਗੇ ਅਤੇ ਮੁੜ ਕੇ ਆਪੇ ਤੋੜਤੇ ਇਹਨਾਂ ਨੂੰ ਨਾ ਤੂੜੀ ਲਿਆ ਕੇ ਪਾਉਂਦਾ ਇਹਦੇ ਵਿੱਚ ਤਾਂ ਕਿ ਆਂਡੇ ਦੇਣ ਸਹੀ ਤਰ੍ਹਾਂ ਇੱਕ ਇਹਨਾਂ ਕੋਲ ਆਂਡੇ ਕਢਾਈਏ ਦੂਸਰਾ ਇਹਨਾਂ ਨੂੰ ਉਹ ਉੱਥੇ ਟੰਗੀਏ ਆ ਦਾਣਿਆਂ ਦੇ ਉੱਤਲੇ ਪਾਸੇ ਨਾ ਉੱਠ ਕੇ ਜਾਣ ਹੀ ਲੱਗਾ ਸੀ ਮੈਂ ਤਾਂ ਮੇਰਾ ਧਿਆਨ ਪਿਆ ਵਾ ਦੇਖੋ ਹਰੀ ਮਿਰਚ ਖਾ ਰਿਹਾ ਚੁੱਕ ਕੇ ਹੈਂ ਹਰੀ ਮਿਰਚ ਇਹਦੀ ਮੋਸਟ ਫੇਵਰੇਟ ਆ ਇਹਨੂੰ ਪੁੱਛਣਾ ਚਾਹੀਦਾ ਮੀਆਂ ਮਿੱਠੂ ਚੋਰੀ ਨਹੀਂ ਖਾਣੀ ਹਰੀ ਮਿਰਚ ਲਿਆ ਕੇ ਤਾਂ ਇੱਕ ਦਿਨ ਗਾਲ ਕੱਢ ਕੇ ਮੈਨੂੰ ਆਪੇ ਹੀ ਕਵੇ ਕਿ ਹੁਣ ਕਿਉਂ ਹਰੀਆਂ ਮਿਰਚਾਂ ਮੁੱਕ ਗਈਆਂ ਚੋਰੀ ਦਾ ਪੁੱਛ ਲਈ ਚੈੱਕ ਕਰੋ ਹਰੀ ਮਿਰਚ ਖਾ ਰਿਹਾ ਕੈਸਾ ਕੈਮਰਾ ਵੇਖਦੇ ਇਹਨੂੰ ਸਮਝ ਲੱਗ ਜਾਂਦੀ ਫਿਰ ਦੌੜ ਲਾ ਦਿੰਦਾ ਹੈ ਖਾ ਬਿਸਮਿਲਾ ਕਰਕੇ ਖਾ ਕੁਛ ਤਾਂ ਖਾ ਮੇਰੀ ਟੈਨਸ਼ਨ ਮੁੱਕੇ ਕਿ ਕੁਛ ਖਾਂਦਾ ਨਹੀਂ ਗਾ ਮੈਨੂੰ ਇਹ ਟੈਨਸ਼ਨ ਲੱਗੀ ਸੀਗੀ ਕਿੰਨੇ ਦੋ ਦਿਨ ਹੋ ਗਏ ਆ ਕਿ ਕੁਛ ਖਾਂਦਾ ਨਹੀਂ ਗੇ ਕੁਛ ਖਾਂਦੇ ਨੇਗੇ ਖਾਂਦੇ ਆ ਇਹ ਵੀ
ਇਹਨਾਂ ਦੀਆਂ ਸਿਹਤਾਂ ਹੀ ਇੱਦਾਂ ਦੀਆਂ ਨੇ ਅਤੇ ਇਹ ਵੀ ਮਾਸ਼ਾਅੱਲਾ ਖਾਂਦਾ ਹੁਣ। ਕੱਲ੍ਹ ਦਾ ਹੀ ਖਾਣ ਪੀਣ ਲੱਗਾ, ਪਰਸੋਂ ਹਜੇ ਨਾ ਇਹਦਾ ਦਿਲ ਨਹੀਂ ਸੀ ਲੱਗਾ, ਪਰਸੋਂ ਨਹੀਂ ਸੀ ਕੁਛ ਖਾ ਰਿਹਾ। ਤੁਹਾਡੇ ਲਈ ਮੈਂ ਲੈ ਕੇ ਆਉਂਦਾ ਤੂੜੀ ਬਸ ਥੋੜ੍ਹੀ ਦੇਰ 'ਚ। ਹੈਲੋ ਓ ਚਿੜੀਓ, ਬਸ ਤੂੜੀ ਲੈ ਕੇ ਆਉਂਦਾ ਤੁਹਾਡੇ ਲਈ ਮੈਂ। ਤਿਆਰੀ ਫੜ ਕੇ ਰੱਖੋ ਤੁਸੀਂ, ਆਂਡੇ ਦੇ ਆ ਕਰਨੇ, ਤੁਹਾਡੇ 'ਚੋਂ ਬੱਚੇ ਕਢਾਉਣੇ, ਹੋਰ ਤੁਹਾਡਾ ਘਰ ਵੀ ਵੱਡਾ ਕਰ ਦੇਣਾ ਆਣ ਕਰੀਬ ਹੀ। ਅੱਛਾ ਵੀ ਗੱਲ ਇੱਦਾਂ ਵਾ, ਬਾਜ਼ਾਰੋਂ ਮੈਂ ਹੋ ਆਇਆ ਵਾਂ, ਆਉਂਦਾ ਕਿੱਲ ਲੈ ਆਇਆ ਵਾਂ, ਆਹ ਕਿੱਲ ਤੂੜੀ ਅਤੇ ਆਹ ਪਰਾਲੀ ਲੈ ਕੇ ਆਇਆ ਉਹਦੇ ਵਿੱਚ ਰੱਖਣ ਲਈ। ਹੁਣ ਮਸਲਾ ਇਹ ਆ ਕਿ ਉਹ ਮੈਨੂੰ ਪਲਾਸ ਨਹੀਂ ਲੱਭਣ ਦਿਆ ਇਹਨੂੰ ਲਾਗ ਨੂੰ ਖੋਲ੍ਹਣ ਲਈ, ਅਤੇ ਇਸ ਹਿਸਾਬ ਨਾਲ ਫਿਰ ਅੱਜ ਦਾ ਵਲੋਗ ਮੈਂ ਕਰਦਾ ਵਾਂ ਇੱਥੇ ਹੀ ਖਤਮ। ਆਪਣਾ ਬਹੁਤ ਸਾਰਾ ਖਿਆਲ ਰੱਖਿਓ, ਅਗਰ ਵੀਡੀਓ ਚੰਗੀ ਲੱਗੀ ਆ ਤਾਂ ਇਹਨੂੰ ਲਾਈਕ ਕਮੈਂਟ ਕਰਕੇ ਸ਼ੇਅਰ ਕਰ ਦੇਣਾ, ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ। ਮੈਨੂੰ ਦਿਓ ਇਜਾਜ਼ਤ, ਅੱਲਾ ਹਾਫਿਜ਼।